ਕਿੰਨਾ ਘੈਂਟ ਰਾਹ ਹੈ ਸਿਓ ਲੈ ਕੇ ਦਿਨਾਪੁਰ ਜਾ ਰਹੇ ਆ ਉੱਥੇ ਤਾਂ ਕੁੱਤੀ ਵੱਢ ਕੇ ਖਵਾ ਦਿੰਦੇ ਆ ਲੋਕ ਨੇ ਨਾ ਜਿਹੜੇ ਸਿੱਧੀ ਜੀ ਗੱਲਾਂ ਤੀਵੀਆਂ ਦੇਖਣਾ ਪਸੰਦ ਕਰਦੇ ਆ ਹਾਂ ਵੈਲਕਮ ਬੈਕ ਟੂ ਐਮਏ ਵਲੌਗ ਗਾਇਸ ਤਾਂ ਤੁਹਾਨੂੰ ਪਤਾ ਹੀ ਹੈ ਅਸੀਂ ਇੱਥੇ ਆਏ ਸੀ 2 ਦਿਨ ਲਾਈ ਘੁੰਮੇ ਏਰੀਆ ਤਾਂ ਹੁਣ ਮਗਾਲਿਆ ਦੇ ਉਹ ਡਿਸਪਿਊਟ ਚੱਲ ਰਿਹਾ ਤਾਂ ਕਰਕੇ ਅੱਜ ਅਸੀਂ ਮਗਾਲਿਆ ਛੱਡ ਰਹੇ ਆ ਤਾਂ ਪਹਿਲਾਂ ਆਪਾਂ ਸਵੇਰ ਦੀ ਚਾਹ ਪੀਨੇ ਆ ਲੋ ਜੀ ਖੁਦ ਹੀ ਅੱਜ ਚਾਹ ਬਣਾ ਰਹੇ ਆ ਆਪਾਂ ਭਾਂਡੇ ਭੁੰਡੇ ਜਿਹੜੇ ਖਰੀਦ ਕੇ ਲਿਆਏ ਸੀਗੇ ਕਿ ਬਾਹਰ ਕੈਨ ਨਹੀਂ ਬਣਦੀ ਦੁੱਧ ਲੈ ਠੋਕ ਕੇ ਪਾ ਦੀ ਸ਼ਕਤੀ ਬਾਈ ਥੈਂਕ ਯੂ ਯਾਰ ਜੇਰਾ ਥੱਬਾ ਕਿ ਜੁਲਫਾ ਵਾਲਿਆ ਆਏ ਸ਼ਿਵ ਕੁਮਾਰ ਬਟਾਲਵੀ ਦਾ ਗਾਣਾ ਸੁਣਿਆ ਸ਼ਕਤੀ ਤੁਨੇ दुबई में ना वो ऊंट का दूध पीता था इसलिए चाय नहीं पीता अपने सारा समान लद लुद लिया ते थोड़ा जा समान ज्यादा हो गया डीकैथलॉन ते जाके कपड़े ज्यादा ले गए तो मैं अद्धे कपड़े कुरियर कर दूंगा घरों थाने चो आप निकल गए तो नागालैंड वल चल पे आ देखो आ रोड नू ना यार 10 साल हो गए ऐवें है क्योंकि 2012 तो पहला यह आसाम का हिस्सा सी जिहड़ा एरिया फिर उस बाद मेघालय ने हायर कर लिया सी उस बाद रोड बनया ही नहीं गुवाहाटी इतों है 140 किलोमीटर तो हूँ आप दोबारे आसाम च एंटर होके तो फिर आसाम च ही ट्रैवल करा तो फिर नागालैंड बढ़ जाएंगे तो दीमापुर इतों काफ़ी दूर है 300 किलोमीटर होना लगभग तो पता नहीं अज दी रात का भी क्योंकि अनप्लांड है जिथे रात पई उत्थे टेंट ला लेना यार ने तो काफ़ी लोगों का है कि नागालैंड काफ़ी तुहानू पता ही है भी सेफ नहीं है नहीं वो नहीं देखी जाऊ यार तो इतने स्कूल है तो बच्चे स्कूल चो आ रहे हैं क्योंकि 11 बज गए मैं लगता अज इन्हों अद्धी छुट्टी सारी हो गई सानू बड़ा चा चढ़िया करता यार बचपन च जो अद्धी छुट्टी सारी हो जाती सी मतलब अद्धी छुट्टी वेले छुट्टी हो जाती की हो गया वे एक साडा नुकसान हो गया यार ये लाइट जी खुल गई यार पता नहीं टुट गई है ना नट जाए खुले हजे तो यह देखा किसी कारीगर मैं लगता सारा समान ना खोलना पैजे ਅਸੀਂ ਥੋੜ੍ਹਾ ਟਾਈਮ ਰੁਕ ਗਏ ਸੀ ਕਿਉਂਕਿ ਸਾਡੇ ਨਾਲ ਦੇ ਪਿੱਛੇ ਪੈਟਰੋਲ ਪਵਾਉਣ ਲੱਗ ਗਏ ਸੀ ਪੰਪ 'ਤੇ ਅਤੇ ਉਹ ਆਪਣੇ ਭਰਾ ਉਹਨੂੰ ਮਿਲਣ ਲੱਗ ਗਏ ਜਿਹੜਾ ਸਾਡਾ ਹੋਸਟ ਹੈ ਕਿਉਂਕਿ ਰਾਤ ਆਪਾਂ ਉਹਦੀ ਮਾਸੀ ਦੇ ਡਿਨਰ ਕਰਕੇ ਆਏ ਸੀ ਤਾਂ ਉਹਨਾਂ ਦਾ ਮੁੰਡਾ ਬਿਮਾਰ ਸੀ ਜਵਾਕ 3-4 ਸਾਲ ਦਾ ਜਦੋਂ ਅਸੀਂ ਡਿਨਰ ਕਰ ਰਹੇ ਸੀ ਉਦੋਂ ਵੀ ਉਹ ਪੂਜਾ ਕਰ ਰਹੇ ਸੀ ਉਹ ਕ੍ਰਿਸਚਨ ਨੇ ਐਕਚੁਅਲੀ ਤਾਂ ਕਿਉਂਕਿ ਉਹ ਥੋੜ੍ਹਾ ਜਿਹਾ ਤੁਹਾਨੂੰ ਪਤਾ ਅੰਧ ਵਿਸ਼ਵਾਸ 'ਚ ਜ਼ਿਆਦਾ ਯਕੀਨ ਰੱਖਦੇ ਆ ਤਾਂ ਉਹ ਤੋਂ ਬਾਅਦ ਰਾਤ ਨੂੰ ਬਾਹਲਾ ਸੀਰੀਅਸ ਹੋ ਗਿਆ ਸੀ ਫਿਰ ਉਹਨੂੰ ਹੋਸਪਿਟਲ ਲੈ ਕੇ ਜਾਣਾ ਪਿਆ ਤਾਂ ਕਰਕੇ ਉੱਥੇ ਮੈਂ ਵਲੌਗ ਨਹੀਂ ਬਣਾਇਆ ਰਾਤ ਹੈ ਨਾ ਰਾਈਡਿੰਗ ਜੈਕਟ ਹੈਲਮਟ ਇਕੱਲੀ ਸੇਫਟੀ ਨਹੀਂ ਰੱਖਦੀ ਆਹ ਪਾਊਡਰ ਤੋਂ ਵੀ ਬਚਾਉਂਦੀ ਜਿਹੜਾ ਆਫ ਰੋਡਾਂ 'ਤੇ ਲੱਗਦਾ ਫਰੀ 'ਚ ਕਿਉਂਕਿ ਜਿਹੜਾ ਰਾਈਡਿੰਗ ਜੈਕਟ ਦਾ ਮਟੀਰੀਅਲ ਹੁੰਦਾ ਹੈ ਨਾ ਉਹ ਡਸਟ ਰਿਜ਼ਿਸਟੈਂਟ ਹੁੰਦਾ ਹੈ ਨਾ ਤਾਂ ਉਹ ਡਸਟ ਨੂੰ ਫੜਦਾ ਨਹੀਂ ਛਿਦੀ ਛਿਦੀ ਤਾਂ ਕਿਸੇ ਨੇ ਅੱਜ ਤੇਰਾ ਮੇਰਾ ਨਾਰਥ ਈਸਟ 'ਚ ਨਾ ਯਾਰ ਕੁੜੀਆਂ ਨੂੰ ਬਹੁਤ ਜ਼ਿਆਦਾ ਫਰੀਡਮ ਹੈ ਤੁਸੀਂ ਦੇਖਿਆ ਹੀ ਹੋਣੇ ਹੈ ਨਾ ਕਪਲ ਸਜਾ ਕਿਵੇਂ ਜਾਂਦੇ ਆ ਹੈ ਨਾ ਪੂਰੇ ਬਾਈਕਸ 'ਤੇ ਅਤੇ ਬਾਕੀ ਉਰੇ ਨਾ ਜਿਹੜੀਆਂ ਕੁੜੀਆਂ ਨੇ ਪਾਨ ਸਫਾਰੀ ਜੀ ਬਹੁਤ ਖਾਂਦੀਆਂ ਨੇ ਤਾਂ ਜਿੱਥੇ ਅਸੀਂ ਰਹੇ ਸੀ ਉਹ ਪਹਿਲਾਂ ਟ੍ਰਾਈਬਲ ਏਰੀਆ ਹੀ ਸੀ ਹੁਣ ਇਹ ਥੋੜ੍ਹੇ ਜਿਹੇ ਮਾਡਰਨ ਟ੍ਰਾਈਬਲ ਹੈ ਇਹਨਾਂ ਨੇ ਘਰ ਕੁਰਜੇ ਪਾ ਲਏ ਆਏ ਸ਼ਕਤੀ ਦੇਖੋ ਹਰਿਆਣੇ ਕੀ ਛੋਰੀ ਕਰ ਰਹੀ ਹੈ ਕਰਤੱਬ ਇਹ ਬੰਦਾ ਬੜਾ ਦਿਲਦਾਰ ਹੈ ਯਾਰ ਜੀ ਲਵਾ ਕੇ ਰੱਖਦਾ ਬੋਰ ਹੋਣੇ ਹੀ ਨਹੀਂ ਦਿੰਦਾ ਭੈਣ ਭਾਈ ਜਾ ਰਹੇ ਸਾਈਕਲ 'ਤੇ ਹੈਲੋ ਹੈਲੋ ਆ ਰਹੇ ਸਕੂਲ 'ਚੋਂ बच्चे जो देखता साइकिल से जाते मेरा बचपन याद आ जाता स्कूल वाला है ना तो मैं स्कूल च मतलब मेरे घरद ने तो बैन चलाया मैनू पर मैं जाना साइकिल से पसंद थी है ना क्योंकि उदो बैन का किराया हूँ 300 रुपया तो मैं चाहता कि 300 भी सेव हो ना नजायज लै रहे स्कूल वाले तो वह बचपन च भी एक है ना थॉट लैवल से है ना भी एक्सपलॉयट होंगे यार है ना घर के यार ये इन्ने ना लुल बंदे आ हर किसी को पुछण बह जाते भी थोड़े को गूगल है मैप है मैप ला लो ऐ तो पहुँच ले गुवाहाटी फिर ओ यार मैप ला लो ना होर मैप ला लेना ये क्यों टंगे फिर अज वाखां दी ना रंग बिरंगिया स्कूलों दी यूनिफॉर्मा देख के नीली पीली हरी
ਮੈਨੂੰ ਮੇਰੇ ਸਕੂਲ ਦੀ ਫੇਰ ਯਾਦ ਆ ਗਿਆ ਕਿ ਸਾਡੇ ਸਕੂਲ 'ਚ ਹਾਊਸ ਬਣੇ ਹੋਏ ਸੀ ਮਾਝਾ ਮਾਲਵਾ ਦੁਆਬਾ ਤਾਂ ਸੈਚਰਡੇ ਨੂੰ ਅਸੀਂ ਆਹ ਰੰਗ ਬਿਰੰਗੇ ਕੱਪੜੇ ਪਾਇਆ ਕਰਦੇ ਮੇਰਾ ਮਾਲਵਾ ਹਾਊਸ ਹੁੰਦਾ ਸੀ ਵੈਸੇ ਮੇਰਾ ਏਰੀਆ ਵੀ ਮਾਲਵਾ ਹੀ ਹੈ ਤਾਂ ਮਾਲਵੇ ਦੀ ਸਾਡੀ ਟੀ ਸ਼ਰਟ ਹੁੰਦੀ ਸੀ ਨੀਲੀ ਇਹਨਾਂ ਦਾ ਵੀ ਕੋਈ ਹੋਣਾ ਜੰਗਾੜਮੈਂਟ ਦੇਖੋ ਉਰੇ ਕੁੜੀਆਂ ਦੀ ਰੇਸ਼ੀਓ ਬਹੁਤ ਜ਼ਿਆਦਾ ਮੁੰਡੇ ਸਾਨੂੰ ਘੱਟ ਜਵਾਕਾਂ 'ਚ ਵੀ ਘੱਟ ਦੇਖਣ ਨੂੰ ਮਿਲਣਗੇ ਇੱਕ ਗੱਲ ਹੋਰ ਦੱਸ ਦਿੰਦਾ ਨਾ ਜ਼ਿੰਦਗੀ ਦਾ ਤਜਰਬਾ ਕਦੇ ਵੀ 10,000 ਕਮਾਉਣ ਵਾਲਾ ਬੰਦਾ ਨਾ ਤੁਹਾਨੂੰ 1,00,000 ਰੁਪਈਆ ਮਹੀਨੇ ਦਾ ਕਮਾਉਣਾ ਨਹੀਂ ਸਿਖਾ ਸਕਦਾ ਕਿਤੇ ਨਾ ਕਿਤੇ ਨਾ ਆਪਣੇ ਸਕੂਲਾਂ ਦਾ ਜੋ ਐਜੂਕੇਸ਼ਨ ਸਿਸਟਮ ਹੈ ਇੰਡੀਆ ਦਾ ਬਹੁਤ ਵੀਕ ਹੈ ਤਾਂ ਟੀਚਰ ਇੰਨੇ ਉਹ ਕੁਆਲੀਫਾਈਡ ਨਹੀਂ ਹੁੰਦੇ ਕਿ ਉਹ ਤੁਹਾਨੂੰ ਮੋਟੀਵੇਟ ਕਰ ਸਕਣ ਉਹ ਸੋਚਦੇ ਵੀ ਜਿਹੜੇ ਜਵਾਕ ਦੇ ਨੰਬਰ ਜ਼ਿਆਦਾ ਆ ਵੀ ਉਹੀ ਸਿਰ ਆ ਉਹਦਾ ਆਈ ਕਿਊ ਲੈਵਲ ਸਿਰ ਆ ਤਾਂ ਜਿੰਨੇ ਵੀ ਦੁਨੀਆ ਦੇ ਕੁਛ ਇਨੋਵੇਟਿਵ ਪਰਸਨ ਨੇ ਜਿਨ੍ਹਾਂ ਨੇ ਕੁਛ ਦੁਨੀਆ ਬਦਲੀ ਹੈ ਨਾ ਉਹ ਸਾਰੇ ਕਾਲਜ ਡਰੋਪ ਆਊਟ ਹੀ ਨੇ ਮੇਰੀ ਤਾਂ ਮੇਰੇ ਟੀਚਰ ਮੈਨੂੰ ਜਮ੍ਹਾਂ ਨਹੀਂ ਪਸੰਦ ਸੀ ਅੱਜ ਵੀ ਨਹੀਂ ਮੈਂ ਕਰਦਾ ਕਿਉਂਕਿ ਉਹ ਪਾਰਸ਼ੈਲਿਟੀ ਕਰਦੇ ਸੀ ਯਾਰ ਵੀ ਬਸ ਜਿਹੜਾ ਟੋਪਰ ਹੈ ਉਹੀ ਉਹ ਹੈ ਤਾਂ ਇੰਟਰਸਟ ਦੇ ਹਿਸਾਬ ਨਾਲ ਚੱਲੋ ਯਾਰ ਜੇ ਕੋਈ ਪੇਰੈਂਟਸ ਦੇਖਦੇ ਆ ਨਾ ਵੀਡੀਓ ਤੁਹਾਡੇ ਬੱਚਿਆਂ ਨੂੰ ਨਾ ਉਹੀ ਪਾਸੇ ਪਾਓ ਜਿਹੜਾ ਜਿੱਥੇ ਉਹਨਾਂ ਦਾ ਇੰਟਰਸਟ ਹੈ ਤੁਹਾਨੂੰ ਕੁੜੀਆਂ ਹੀ ਕੁੜੀਆਂ ਦੇਖਣਗੀਆਂ ਉਰੇ ਚਾਰੇ ਪਾਸੇ ਆਹ ਸ਼ਹਿਰ ਜਾ ਕੋਈ ਕਸਬਾ ਜਾ ਉਰੇ ਆਟੋ ਜੇ ਕਾਫੀ ਖੜੇ ਨੇ ਜਿਵੇਂ ਆਪਣੇ ਸਬਜ਼ੀਆਂ ਦੇ ਬੀਜ ਹੁੰਦੇ ਆ ਨਾ ਉਹ ਵੀ ਹੇਠਾਂ ਸਾਰੀਆਂ ਚੀਜ਼ਾਂ ਉਰੇ ਹੇਠਾਂ ਰੱਖ ਕੇ ਵੇਚਦੇ ਆ ਇਹ ਆਹ ਮਾਰਕੀਟ 'ਚ ਦੇਖ ਲਓ A to Z ਚਾਹੇ ਬੀਜ ਹੋਣਾ ਆਪਣੇ ਰੇਹੜੀਆਂ 'ਤੇ ਹੁੰਦਾ ਜਿਵੇਂ ਆਹ ਦੇਖੋ ਸੇਬ ਵੀ ਸਾਰਾ ਕੁਛ ਅਤੇ ਰਾਤ ਐਲਬਰਟ ਨਾਲ ਗੱਲ ਹੋ ਰਹੀ ਸੀ ਉਹ ਦੱਸਦਾ ਸੀ ਕਿ ਇੱਥੇ ਕੁਛ ਨਹੀਂ ਛੱਡਦੇ ਇਹ ਸਟੇਟਾਂ 'ਚ ਸਾਰਾ ਕੁਛ ਖਾ ਜਾਂਦੇ ਆ ਸੱਪ ਸੁੱਪ A to Z ਤਾਂ ਪਰ ਕਹਿੰਦਾ ਅਸੀਂ ਸੱਪ ਨਹੀਂ ਖਾਂਦੇ ਮੈਂ ਘਰ ਲਿਆ ਜੋ ਸੱਪ ਤੋਂ ਇਹਨਾਂ ਨੂੰ ਨਫ਼ਰਤ ਹੈ ਆਈ ਡੋਂਟ ਨੋ ਬਾਏ ਅਤੇ ਬੜੇ ਖਤਰਨਾਕ ਨੇ ਬਾਬੇ ਉਹ ਕੁਛ ਵੀ ਖਵਾ ਸਕਦੇ ਤਾਂ ਬੜੇ ਧਿਆਨ ਨਾਲ ਹੈ ਨਾ ਯਕੀਨ ਕਰਕੇ ਤੁਸੀਂ ਚਿਕਨ ਤਾਂ ਉਰੇ ਖਾਣਾ ਹੀ ਨਹੀਂ ਇੱਧਰਲੇ ਪਾਸੇ ਜੇ ਖਾਣਾ ਹੈ KFC ਵਗੈਰਾ ਤੋਂ ਨਾ ਵਧੀਆ ਜੋ ਲਓ ਜੀ ਆਪਾਂ ਦੁਬਾਰੇ ਆਸਾਮ 'ਚ ਐਂਟਰ ਹੋ ਗਏ ਅਤੇ ਗੁਹਾਟੀ ਇੱਥੋਂ ਰਹਿ ਗਿਆ 107 ਕਿਲੋਮੀਟਰ ਤਾਂ ਆਹ ਆ ਗਿਆ ਵਧੀਆ ਰੋਡ ਹੈ ਇਹ ਪੱਕਾ ਹੋਇਆ ਪਰ ਟ੍ਰੈਫਿਕ ਜੀ ਤਾਂ ਕਾਫੀ ਹੈ ਤਾਂ ਹੁਣ ਨਾ ਆਪਣੀ ਬਾਈਕ 60-65 'ਤੇ ਹੀ ਚੱਲੂਗੀ ਜਿੰਨਾ ਵੀ ਇਹ ਸਫ਼ਰ ਆਪਾਂ ਨੇ ਕਵਰ ਕਰਨਾ ਹੈ ਕਿਉਂਕਿ ਮੇਨ ਮਕਸਦ ਹੀ ਆਪਣਾ ਬੰਗਾਲ ਤੱਕ ਪਹੁੰਚਣਾ ਨੌਰਥ ਈਸਟ 'ਚ ਐਂਟਰ ਕਰਨਾ ਤਾਂ 100 'ਤੇ ਆਉਂਦੇ ਸੀ ਤਾਂ ਮੇਰੇ ਬਾਪੂ ਬੇਬੇ ਵੀ ਕਹਿੰਦੇ ਨਾ ਵੀ ਤੂੰ ਬਾਲੀ ਭਜਾਉਂਦਾ ਇੱਕ ਨਾ ਬਹੁਤ ਤੇਜ਼ ਲੱਗਦੀ ਹੈ ਨਾ ਵਾਈਡ ਐਂਗਲ 'ਤੇ ਜਦੋਂ ਤੁਸੀਂ ਦੇਖਦੇ ਹੋ ਵੀਡੀਓ 'ਚ ਕਿ ਮੈਂ ਜਾਣਦਾ ਔਕਾਤ ਸਾਰਿਆਂ ਦੀ ਖੁਦ ਨੂੰ ਕਹਾਉਣ ਜਿਹੜੇ ਵੱਡੇ ਨਹੀਂ ਜਿੰਨੇ ਬੰਦੇ ਜ਼ਿੰਦਗੀ 'ਚੋਂ ਕੱਢੇ ਨਹੀਂ ਸੱਚ ਜਾਣੀ ਸਾਰੇ ਪਰਖ ਕੇ ਛੱਡੇ ਨਹੀਂ ਜਿਹੜਾ ਬੰਦਾ ਤੁਹਾਡੇ ਨਾਲ ਖੜਦਾ ਹੈ ਨਾ ਉਹਦੇ ਨਾਲ ਖੜੋ ਹੋਣਾ ਤੁਹਾਡਾ ਯਾਰ ਹੈ ਜਿਹੜਾ ਨਹੀਂ ਖੜਦਾ ਡੋਂਟ ਗਿਵ ਏ ਫੱਕ ਹੈ ਨਾ ਉਹਦੇ ਨਾਲ ਵਾਧੂ ਦੇ ਸਰਕਲ ਨਹੀਂ ਵਧਾਈ ਦੇ ਯੋਰ ਟਾਈਮ ਇਜ਼ ਪ੍ਰੀਸ਼ੀਅਸ ਟਾਈਮ ਨਾਲ ਵੱਡਾ ਕੁਛ ਨਹੀਂ ਹੈਗਾ ਯਾਰ ਜੇ ਟਾਈਮ ਦੇਣਾ ਨਾ ਯਾਰ ਆਪਣੇ ਘਰਦਿਆਂ ਨੂੰ ਦਿਓ ਹੁਣ ਜ਼ਿੰਦਗੀ ਦਾ ਬੜਾ ਬੈਡ ਇਫੈਕਟ ਹੈ ਜਿਵੇਂ ਤੁਸੀਂ ਵੱਡੇ ਹੁੰਦੇ ਹੋ ਨਾ ਤੁਹਾਡੇ ਘਰਦਿਆਂ ਦੀ ਉਮਰ ਘੱਟਦੀ ਰਹਿੰਦੀ ਹੈ ਇਹ ਰੋਡ ਵੀ ਯਾਰ ਬਾਹਲਾ ਘੈਂਟ ਹੈ ਅਤੇ 60 ਦੇ ਚਲਾ ਕੇ ਨਾ ਯਾਰ ਨੀਂਦ ਜੀ ਆ ਰਹੀ ਹੈ ਨਾ ਅਤੇ ਇੱਧਰ ਗਾਇਆਂ ਗੋਇਆਂ ਜਿਹੀਆਂ ਫਿਰ ਰਹੀਆਂ ਨੇ ਵਾਹ ਆਨੰਦਦਾਰ ਹੈ 2 ਘੰਟੇ ਤੋਂ ਗਾਣੇ ਬੰਦ ਕੀਤੇ ਹੋਏ ਆ ਬਸ ਕੁਦਰਤ ਨੂੰ ਮਹਿਸੂਸ ਕਰ ਰਹੇ ਹਾਂ ਆਪਾਂ ਅਤੇ ਮੈਂ ਹੈਲਮਟ ਦਾ ਵਾਈਜ਼ਰ ਵੀ ਓਪਨ ਕੀਤਾ ਤਾਂ ਜੋ ਠੰਡੀ ਹਵਾ ਸਿੱਧੀ ਦਿਮਾਗ ਦੀਆਂ ਨਸਾਂ ਤੱਕ ਜਾਵੇ ਕਿੰਨਾ ਘੈਂਟ ਰਾਹ ਹੈ 60 ਦੇ ਚਲਾ ਰਹੇ ਹਾਂ ਸਾਡੇ ਨਾਲ ਦੇ ਫਿਰ ਵੀ ਬਹੁਤ ਜ਼ਿਆਦਾ ਪਿੱਛੇ ਰਹਿ ਜਾਂਦੇ ਆ ਪਤਾ ਨਹੀਂ ਕਿਉਂ ਆਹ ਰਾਹ ਸੱਚੀ ਘੈਂਟ ਹੈ ਅਸੀਂ ਖੜੇ ਹਾਂ ਤਾਂ ਸੋਚ ਰਹੇ ਵੀ ਉਰੇ ਚਾਹ ਬਣਾ ਕੇ ਪੀਏ ਖੁਦ ਕਿਉਂ ਹੋਏ ਪੂਰੇ 25 ਮਿੰਟ ਖੜੇ ਇਹਨੂੰ ਹੋ ਗਏ ਇਹ ਹੁਣ ਆਏ ਨੇ 50 ਦੇ ਮੋਟਰਸਾਈਕਲ ਚਲਾ ਰਹੇ ਨੇ ਕਹਿੰਦਾ ਐਵਰੇਜ ਦਊਗਾ ਬੁਲਟ 50 ਦੇ ਨਹੀਂ ਦਿੰਦਾ ਭਰਾ ਇਹ 60 ਦੇ ਦਊਗਾ 5 ਗੇਅਰ ਨੇ ਬੰਦਾ ਐਸੀ ਤਰ੍ਹਾਂ ਨਾ ਤੁਹਾਡਾ ਫੋਨ ਲੱਗੇ ਮੈਂ ਕਿਤੇ ਕਦੋਂ ਗੱਡੀ ਡੁੱਗ ਗਏ ਉਹਦੇ ਉੱਥੇ ਬਚ ਗਿਆ ਤੂੰ ਇੱਕੋ ਦਮ ਅਗਲੇ ਬ੍ਰੇਕ ਮਾਰੇ ਸੀ ਪੌਣਾ 1 ਹੋ ਗਿਆ ਯਾਰ ਅਸੀਂ ਅਜੇ ਤੱਕ ਬ੍ਰੇਕਫਾਸਟ ਵੀ ਨਹੀਂ ਕੀਤਾ ਚਾਹ ਹੀ ਪੀਤੀ ਹੋਈ ਹੈ ਸਵੇਰ ਦੀ ਹੁਣ ਖਾਂਦੇ ਪੀਂਦੇ ਆ ਕਿਧਰੇ ਵਿਊ ਘੈਂਟ ਸੀ ਉਰੇ ਵਧੀਆ ਕੁਦਰਤ ਦੀ ਬੋਕਲ 'ਚ ਆਪਾਂ ਨੇ 25 ਮਿੰਟ ਬਿਤਾਏ ਬਹੁਤ ਨੇੜੇ ਤੋਂ ਫੋਟੋਆਂ ਖਿੱਚੀਆਂ ਲਾ ਦੇ ਓਏ ਲਓ ਜੀ ਢਾਬਾ ਜਿਹਾ ਲੱਭੇ ਉਰੇ ਖਾਂਦੇ ਆ ਰੋਟੀ ਰਾਟੀ ਕਿਉਂ ਬੱਬੂਆ ਕੈਸੇ ਹੋ ਕੌਣ ਸੀ ਕਾਲਜ ਮੈਂ ਪੜ੍ਹਦੇ ਹੋ ਬੀਐਡ ਓ ਗ੍ਰੇਟ ਬੇਸ਼ੱਕ ਅਸੀਂ ਆਸਾਮ 'ਚ ਪਹਿਲਾਂ ਐਂਟਰ ਹੋ ਗਏ ਸੀ ਪਰ ਅਸੀਂ ਨੇ ਆਸਾਮ ਦਾ ਟ੍ਰੈਡੀਸ਼ਨਲ ਫੂਡ ਨਹੀਂ ਟਰਾਈ ਕੀਤਾ ਸੀ ਤਾਂ ਦੁਬਾਰੇ ਆਸਾਮ 'ਚ ਆ ਕੇ ਅੱਜ ਆਸਾਮੀ ਥਾਲੀ ਖਾ ਰਹੇ ਹਾਂ ਆਪਾਂ ਇਹਦੇ ਵਿੱਚ 2 ਦਾਲਾਂ ਨੇ ਨਾਲ ਚੌਲ ਹੈ ਪਾਪੜ ਹੈ ਚਟਣੀ ਹੈ ਅਤੇ ਇਹ ਸੈਲਡ ਦੇਖੋ ਕਿਹੜੇ ਸਟਾਈਲ ਨਾਲ ਕੱਟਿਆ ਹੈ
ਵਿੱਚ ਸਬਜ਼ੀ ਹੈ ਹੋਰ ਹੈ ਸ਼ਕਤੀ ਚਿੰਬੜਿਆ ਖੜਾ ਪੂਰਾ ਖਾਣੇ ਨੂੰ ਜਿਵੇਂ ਉਹ ਲੰਗਰ 'ਚ ਚਿੰਬੜਦੇ ਹੁੰਦੇ ਆ ਨਾ ਵੀ ਮਿਲਦਾ ਨਹੀਂ ਇੱਕ ਥਾਲੀ ਹੋਰ ਮੰਗਾਈ ਇਹਦੇ ਵਿੱਚ ਦੋ ਰੋਟੀਆਂ ਅਤੇ ਆ ਦਾਲ ਨਾਲ ਚਟਣੀ ਅਤੇ ਪਰ ਰੋਟੀਆਂ ਮੈਦੇ ਦੀਆਂ ਨੇ ਇਹਦਾ ਰੇਟ ਹੈ 30 ਰੁਪਏ ਜਿਹੜੀ ਇਹ ਥਾਲ ਮੰਗਾਈ ਸੀ ਇਹਦਾ ਰੇਟ ਹੈ 60 ਰੁਪਏ ਤਾਂ ਇੰਨਾ ਸਸਤਾ ਖਾਣਾ ਤਾਂ ਤੁਹਾਨੂੰ ਦੁਨੀਆ 'ਚ ਕਿਧਰੇ ਨਹੀਂ ਮਿਲਣਾ ਤਾਂ ਹੀ ਕਹਿੰਦੇ ਉਹਨਾਂ ਵੀ ਇੰਡੀਆ ਘੁੰਮੋ ਤੁਹਾਨੂੰ ਬਜਟ 'ਚ ਰਹਿਣ ਨੂੰ ਖਾਣ ਨੂੰ ਮਿਲ ਜੂਗਾ ਅਤੇ ਐਡਵੈਂਚਰ ਐਕਸਟ੍ਰੀਮ ਲੈਵਲ ਦਾ ਕਹਿ ਸਕਦੀ ਬਈਆ ਔਰ ਖਾਣਾ ਵੀ ਘੈਂਟ ਹੈ ਕਿਉਂਕਿ ਜਿੱਥੇ ਔਰਤਾਂ ਕੰਮ ਕਰਦੀਆਂ ਨੇ ਆਪਣੀਆਂ ਬੀਬੀਆਂ ਖਾਣਾ ਘੈਂਟ ਹੀ ਬਣਾਉਂਦੀਆਂ ਨੇ ਔਰਤ ਦੇ ਹੱਥ 'ਚ ਹੀ ਗੁਣ ਹੁੰਦਾ ਖਾਣਾ ਬਣਾਉਣ ਦਾ ਆਪਾਂ ਨੇ ਲੰਚ ਕਰ ਲਿਆ ਯਾਰ ਲੰਚ ਬੜਾ ਸਵਾਦ ਸੀ ਉਰੇ ਨਾ ਜ਼ਿਆਦਾਤਰ ਖਾਣਾ ਉਬਲਿਆ ਖਾਂਦੇ ਜਿਵੇਂ ਚੌਲ ਅਤੇ ਇੱਕ ਮੇਨ ਗੱਲ ਹੈ ਖਾਣਾ ਬਹੁਤ ਜ਼ਿਆਦਾ ਸਵਾਦ ਹੁੰਦਾ ਟੇਸਟ ਹੀ ਅਲੱਗ ਹੈ ਪੰਜਾਬ ਵਾਲਿਆਂ ਨਾਲ ਕਿਉਂਕਿ ਉਰੇ ਸਾਰਾ ਕੁਛ ਔਰਗੈਨਿਕ ਹੈ ਇਹ ਜੋ ਚੌਲ ਨੇ ਉਹਨਾਂ ਵਿੱਚ ਨਾ ਕੋਈ ਰੇਹ ਪਾਉਂਦੇ ਨਾ ਸਪਰੇਅ ਪਾਉਂਦੇ ਉਰੇ ਸਾਲ 'ਚ ਇੱਕੇ ਫਸਲ ਹੁੰਦੀ ਹੈ ਅਤੇ ਜਿਹੜਾ ਫੂਸ ਹੁੰਦਾ ਉਹ ਐਂ ਗਲ ਜਾਂਦਾ ਧਰਤੀ 'ਚ ਤਾਂ ਇਹ ਆਂਟੀ ਨੇ ਖਾਣਾ ਬਣਾਇਆ ਬਈ ਥੈਂਕ ਯੂ ਆਂਟੀ ਥੈਂਕ ਯੂ ਤੋ ਸ਼ਾਮ ਮੇਂ ਕੈਸੇ ਬੋਲਦੇ ਥੈਂਕ ਯੂ ਧੰਨਵਾਦ ਕੈਸੇ ਬੋਲਦੇ ਧੰਨਵਾਦ ਧੰਨਵਾਦ ਰੋਟੀ ਪਾਣੀ ਛੱਕ ਕੇ ਆਪਾਂ ਚੱਲ ਪਏ ਗੁਹਾਟੀ ਵੱਲ ਨੂੰ ਅੱਗੇ ਲੋਕਲ ਚੀਜ਼ਾਂ ਆਪਾਂ ਦੇਖਦੇ ਜਾ ਰਹੇ ਹਾਂ ਸ਼ਕਤੀ ਬੰਦਾ ਘੈਂਟ ਹੈ ਯਾਰ ਦਿਲ ਦਾ ਨਹੀਂ ਮਾੜਾ ਹਰਿਆਣੇ ਵਾਲਾ ਆਹ ਨਿੱਕਾ ਜਿਹਾ ਕਸਬਾ ਹੈ ਕੋਈ ਗੁਹਾਟੀ ਰਹਿ ਗਿਆ 28 ਕਿਲੋਮੀਟਰ ਜੋ ਕਿ ਟਰਾਂਸਪੋਰਟੀਆਂ ਦਾ ਗੜ੍ਹ ਹੈ ਪੰਜਾਬ ਤੋਂ ਟਰਾਂਸਪੋਰਟ ਜਾਂਦੇ ਆ ਗੁਹਾਟੀ ਗੁਹਾਟੀ ਤੋਂ ਪੰਜਾਬ ਪੰਜਾਬ ਤੋਂ ਗੁਹਾਟੀ ਟਰੱਕ ਚੱਲਦੇ ਆ ਅਤੇ ਜਿਹੜਾ ਗੁਹਾਟੀ ਹੈ ਉਹ ਹੱਬ ਵੀ ਹੈ ਮੇਨ ਜੋ ਰੇਲਵੇ ਜੰਕਸ਼ਨ ਹੈ ਨੌਰਥ ਈਸਟ ਦਾ ਗੁਹਾਟੀ ਹੈ ਉਹ ਫੋਰ ਲਾਈਨ ਰੋਡ ਸ਼ੁਰੂ ਹੋ ਗਿਆ ਹੁਣ ਵੱਡਾ ਕਿਉਂਕਿ ਗੁਹਾਟੀ ਰਹਿ ਗਿਆ 20 ਕਿਲੋਮੀਟਰ ਇੱਥੋਂ ਸ਼ਿਲੋਂਗ ਨੂੰ ਵੀ ਜਾਂਦਾ ਹੋਇਆ ਰਾਹ ਜੋ ਕਿ ਮੇਘਾਲਿਆ ਦੀ ਕੈਪੀਟਲ ਹੈ ਉਹ 116 ਕਿਲੋਮੀਟਰ ਹੈ ਪਰ ਉੱਧਰੋਂ ਤਾਂ ਆਪਾਂ ਆਈ ਹਾਂ ਸ਼ਿਲੋਂਗ ਤੋਂ ਅੱਗੇ ਚਿਰਾਪੂੰਜੀ ਨੂੰ ਜਾਂਦਾ ਰੋਡ ਘੈਂਟ ਥਾਵਾਂ ਨੇ ਉਹ ਜਾਣਾ ਸੀ ਉੱਧਰ ਯਾਰ ਹੁਣ ਕਿਆ ਕਰ ਸਕਦੇ ਹਾਂ ਫਿਰ ਅਵਰੇਜ ਦੇ ਚੱਕਰਾਂ 'ਚ ਬਾਹਲੇ ਸਲੋ ਚੱਲ ਰਹੇ ਆ ਮੈਂ ਕਿਹਾ ਮੈਂ ਥੋੜ੍ਹੀ ਜਿਹੀ ਰੇਸ ਦਿਓ ਬਈ ਇੱਧਰਲਾ ਰਾਹ ਗੁਹਾਟੀ ਸ਼ਹਿਰ ਨੂੰ ਜਾਂਦਾ ਅਤੇ ਆਪਾਂ ਗੁਹਾਟੀ ਤਾਂ ਜਾਣਾ ਨਹੀਂ ਸ਼ਹਿਰ 'ਚ ਬਾਈਪਾਸ ਜਾ ਰਹੇ ਹਾਂ ਸਿੱਧਾ ਨਾਗਾਲੈਂਡ ਨੂੰ ਨੀਂਦ ਆਉਣ ਲੱਗ ਗਈ ਯਾਰ ਰੋਟੀ ਖਾ ਕੇ ਚਾਹ ਚੂ ਪੀ ਕੇ ਅਤੇ 50 ਕੁ ਮਿੰਟ ਆਪਾਂ ਨੇ ਰੈਸਟ ਲਈ ਕਿਉਂਕਿ ਨੀਂਦ ਬਹੁਤ ਆ ਰਹੀ ਸੀ ਯਾਰ ਅਤੇ ਫਿਰ ਨੀਂਦ 'ਚ ਚਲਾਉਣਾ ਵਧੀਆ ਨਹੀਂ ਤਾਂ ਸ਼ਾਮ ਦੇ 5 ਵੱਜ ਗਏ ਤਾਂ 120 ਕੁ ਕਿਲੋਮੀਟਰ ਆਪਾਂ ਨੇ 112 ਕੁ ਹੋਰ ਰਾਈਡ ਕਰਨੀ ਉਹ ਤੋਂ ਬਾਅਦ ਆਪਾਂ ਕਿਧਰੇ ਵੀ ਥਾਂ ਲੱਭ ਕੇ ਦੇਖਦੇ ਹਾਂ ਤੰਬੂ ਤੰਬੂ ਲਾਵਾਂਗੇ ਅਤੇ ਸੂਰਜ ਛਿਪ ਗਿਆ ਹਨੇਰਾ ਹੋ ਰਿਹਾ ਅਤੇ ਰੋਡ 'ਤੇ ਟ੍ਰੈਫਿਕ ਬਹੁਤ ਹੈ ਮੈਂ ਨਾ ਜ਼ਿੰਦਗੀ 'ਚ ਇੰਨੀ ਸਲੋ ਬਾਈਕ ਕਦੇ ਨਹੀਂ ਚਲਾਈ ਮਤਲਬ ਰਾਈਡਿੰਗ 'ਤੇ ਹੈ ਨਾ ਕਿਉਂਕਿ ਰਾਈਡਿੰਗ ਗੇਅਰਸ ਪਾ ਕੇ ਘੱਟੋ ਘੱਟ 80 ਦੀ ਸਪੀਡ 'ਤੇ ਤਾਂ ਹੋਵੇ ਵੱਧ ਤੋਂ ਵੱਧ ਡਿਸਟੈਂਸ ਕਵਰ ਹੋਵੇ ਪਰ ਇਹ ਨਾਲਦਿਆਂ ਕਰਕੇ ਕੰਪਰੋਮਾਈਜ਼ ਕਰਨਾ ਪੈ ਰਿਹਾ ਆਹ ਰੋਡ ਬਣ ਰਿਹਾ ਤਾਂ ਕਰਕੇ ਉਰੇ ਟ੍ਰੈਫਿਕ ਬਹੁਤ ਹੈ ਹਨਾ ਕਿਧਰੇ ਕੱਟ ਆ ਜਾਂਦਾ ਕਿਧਰੇ ਕੁਛ ਨਹੀਂ ਅਦਰਵਾਈਜ਼ ਜੇ 60-65 ਦੀ ਮੇਨਟੇਨ ਸਪੀਡ 'ਤੇ ਵੀ ਚੱਲੀਏ ਤਾਂ ਵੀ ਵਧੀਆ ਦੂਰੀ ਤੈਅ ਹੋ ਜਾਂਦੀ ਹੈ ਰੁਕ ਗਏ ਯਾਰ 2 ਕੁ ਕਿਲੋਮੀਟਰ ਆ ਗਏ ਕੀ ਹੋ ਗਿਆ ਮੇਰੇ ਕੋਲ ਰੁਕ ਕੇ ਜਾਈ ਪਰ ਉਹਦਾ ਫਲੈਟ 25 ਕਿਲੋਮੀਟਰ ਪਿੱਛੇ ਹੈ ਤਾਂ 25 ਕਿਲੋਮੀਟਰ ਅਸੀਂ ਪਿੱਛੇ ਤਾਂ ਨਹੀਂ ਜਾ ਸਕਦੇ ਫਿਰ ਔਨ ਟਾਈਮ ਰੁਕਾਂਗੇ ਉਹਦੇ ਕੋਲ ਤੇ ਇਹ ਰੋਡ ਵੀ ਪਹਾੜਾਂ ਵਾਲਾ ਹੀ ਹੈ ਛੋਟੀਆਂ ਛੋਟੀਆਂ ਪਹਾੜੀਆਂ ਨੇ ਮੋੜ ਘੋੜ ਬਹੁਤ ਨੇ ਇਸੇ ਰੋਡ ਤੋਂ ਨਾ ਸ਼ਿਲੋਂਗ ਨੂੰ ਰੋਡ ਜਾਂਦੇ ਜੋ ਕਿ ਮੇਘਾਲਿਆ ਦੀ ਕੈਪੀਟਲ ਹੈ ਪਿੱਛੋਂ ਜਾਂਦਾ ਸੀ ਤਾਂ ਉੱਥੇ ਬਹੁਤ ਜ਼ਿਆਦਾ ਫੋਰਸ ਖੜੀ ਸੀ ਹੈ ਨਾ ਤਾਂ ਜਿਹੜੇ ਵੀ ਲੋਕ ਮੇਘਾਲਿਆ ਨੂੰ ਜਾਂਦੇ ਆ ਉਹ ਕਹਿੰਦੇ ਉਹਨਾਂ ਨੂੰ ਵੀ ਸੇਫ ਨਹੀਂ ਜਾਣਾ 5:30 ਦਾ ਟਾਈਮ ਹੋਇਆ ਹਨੇਰਾ ਦੇਖੋ ਕਿੰਨਾ ਹੋ ਗਿਆ ਲੱਗਦਾ ਵੀ ਜਿਵੇਂ ਰਾਤ ਦੇ 12 ਵਜੇ ਹੋਣ ਇੱਕ ਤਾਂ ਉਹੀ ਸੂਰਜ ਛਿਪਦਾ ਪਹਿਲਾਂ ਉੱਤੋਂ ਹੁਣ ਨਵੰਬਰ ਦਾ ਐਂਡ ਹੀ ਆਲਮੋਸਟ ਅਤੇ ਫਿਰ ਠੰਡ ਹੋ ਗਈ ਨਾ ਠੰਡ 'ਚ ਦਿਨ ਬਾਹਲੇ ਛੋਟੇ ਹੋ ਜਾਂਦੇ ਆ ਤਾਂ ਕਰਕੇ ਸਾਡੀ ਡੈਸਟੀਨੇਸ਼ਨ 55 ਕੁ ਕਿਲੋਮੀਟਰ ਹੈਗੀ ਉੱਥੇ ਫਿਰ ਲੱਭਾਂਗੇ ਤਾਂ ਹੁਣ ਨਾਲ ਨਾਲ ਚੱਲ ਰਹੇ ਹਾਂ 60 ਕੁ ਦੀ ਸਪੀਡ 'ਤੇ ਤਾਂ ਰਾਹ 'ਤੇ ਐਵੇਂ ਦੀਆਂ ਦੁਕਾਨਾਂ ਨੇ ਜਿੱਥੇ ਸਾਰਾ ਹੈਂਡਕ੍ਰਾਫਟ ਹੈ ਕੱਲ੍ਹ ਬੋਤਲ ਖਰੀਦੀ ਉਹਦਾ ਕੰਚ ਦੀ ਬੋਤਲ 'ਤੇ ਉਹ ਚਾੜਿਆ ਸੀ ਇਹ ਪੂਰੀ ਇਹ ਬਾਂਸ ਦੀ ਹੈ ਬਾਂਸ ਨੂੰ ਕੱਟ ਕੇ ਬਣਾਈ ਹੋਈ ਹੈ ਦੇਖੋ ਪੂਰੀ ਬਾਂਸ ਦੀ ਬੋਟਲ ਹੈ ਘੈਂਟ ਹੈ ਕਿਤਨੇ ਕੀ ਹੈ 250 ਔਰ ਇਹਦਾ ਰੇਟ ਵੀ ਘੱਟ ਹੈ ਯਾਰ ਉਹਦੇ ਨਾਲੋਂ ਕਾਫੀ ਚੀਜ਼ਾਂ ਨੇ ਕੱਲ ਯਾਰ ਅੰਕਲ ਸਾਨੂੰ ਜ਼ਿਆਦਾ ਰੇਟ ਲਾ ਗਿਆ ਔਰ ਇਹ ਚੀਜ਼ਾਂ ਸਸਤੀਆਂ ਨੇ ਤੇ ਵਰਾਇਟੀ ਵੀ ਬਹੁਤ ਜ਼ਿਆਦਾ ਹੈ ਦੇਖੋ ਆਹ ਪਰਸ ਪੁਰਸ ਜੇ ਸਾਰੇ ਬੰਬੂ ਦੇ
ਤੁਸੀਂ ਕਾਜ਼ੀਰੰਗਾ ਨੈਸ਼ਨਲ ਪਾਰਕ ਸੁਣਿਆ ਹੋਣਾ, ਆਸਾਮ ਦਾ ਸਭ ਤੋਂ ਵੱਡਾ, 131 ਕਿਲੋਮੀਟਰ ਹੈ ਇੱਥੋਂ। ਨਗਾਓਂ ਹੈਗਾ 36 ਕਿਲੋਮੀਟਰ, ਕਿਉਂਕਿ ਨਗਾਓਂ ਤੋਂ ਅਸੀਂ ਬਾਈਪਾਸ ਮੁੜਨਾ ਹੈ, ਤਾਂ ਅਸੀਂ 6 ਕਿਲੋਮੀਟਰ ਪਹਿਲਾਂ ਹੀ ਟੈਂਟ ਲਾ ਲਾਂਗੇ, ਤਾਂ ਕੱਲ੍ਹ ਨੂੰ ਆਪਾਂ ਦੀਨਾਪੁਰ ਪਹੁੰਚ ਜਾਵਾਂਗੇ। ਉੱਥੇ 200 ਕਿਲੋਮੀਟਰ ਹੈ, ਅਤੇ ਬਾਕੀ ਇਹ ਰੋਡ 'ਤੇ ਟਰੱਕ ਚੱਲਦੇ ਨੇ, ਵਧੀਆ ਮਾਹੌਲ ਹੈ, ਐਸੀ ਗੱਲ ਨਹੀਂ। ਆਉਣਾ ਸਾਰੇ ਰਾਹ ਇਹਨਾਂ ਦੀ ਆਦਤ ਹੈ, ਇਹ ਗੱਲਾਂ ਮਾਰਦੇ ਹੀ ਰਹਿੰਦੇ ਆ। ਇੱਕ ਤਾਂ ਉਹ ਸਪੀਡ ਘੱਟ ਰੱਖਦੇ ਆ ਸਾਰੇ ਰਾਹ, ਬਸ ਐਂ ਹੀ ਪਤਾ ਨਹੀਂ ਗੂੜੀ ਛੋੜੀ ਇਹਨਾਂ ਦੀ, ਸਾਰੇ ਰਾਹ ਪਤਾ ਨਹੀਂ ਕੀ ਗੱਲਾਂ ਕਰਦੇ ਨੇ, ਹਜੇ ਤੱਕ ਨਹੀਂ ਇਹਨਾਂ ਦੀਆਂ ਗੱਲਾਂ ਮੁੱਕੀਆਂ ਪੰਜਾਬ ਤੋਂ ਲੱਗੇ ਜੀ। ਇਹਨਾਂ ਦਾ ਸਲੰਸਰ ਵੀ ਬਾਹਲਾ ਢਿੱਲਾ ਹੈ, ਹਿੱਲਦਾ ਹੈ ਅਤੇ ਟੇਢਾ ਹੋ ਰਿਹਾ, ਇਹ ਖੁੱਲ੍ਹ ਕੇ ਹੀ ਡਿੱਗ ਜੂਗਾ। ਮੈਂ ਇਹਨਾਂ ਨੂੰ ਕਿਹਾ ਸੀ ਅੱਜ ਵੀ ਇਹਨੂੰ ਤੁਸੀਂ ਟੈਟ ਟੂਟ ਕਰਾ ਲਓ ਬਈ, ਇਹਦਾ ਸਕਰਿਊ ਲੀਰੂਗੜ ਲਮਡਿੰਗ, ਨਾਮ ਦੇਖੋ ਕਿਵੇਂ ਦੇ ਨੇ, ਹੈ ਨਾ, ਇੱਧਰ ਬੜੇ ਪੁੱਠੇ ਜਿਹੇ ਨਾਮ ਨੇ। ਢਾਬੇ ਜੇ ਆਏ ਨੇ ਯਾਰ, ਉਰੇ ਘਾਹ ਜੀ ਆ, ਪੁੱਛਦੇ ਹਾਂ ਜੇ ਟੈਂਟ ਲਾ ਦੇਣਗੇ ਉਰੇ, ਜੇ ਟੈਂਟ ਲਾਉਣ ਨੂੰ ਸਾਨੂੰ ਅਲਾਓ ਕਰਨਗੇ ਤਾਂ ਅਸੀਂ ਉਰੇ ਖਾ ਖੂ ਕੇ ਰੋਟੀ ਇਹਨਾਂ ਕੋਲੋਂ ਸੌਂ ਜਾਵਾਂਗੇ। ਹਾਂ ਵਧੀਆ ਜਗ੍ਹਾ ਹੈ ਨਾ, ਹੈ ਨਹੀਂ ਕੁੱਕ ਅਤੇ ਟੈਂਟ, ਰੋਟੀ ਤਾਂ ਖਾ ਖੂ ਲਾਂਗੇ। ਚੱਲ ਠੀਕ ਹੈ ਫਿਰ ਚਲੋ ਅੱਗੇ, ਇਹਨਾਂ ਦਾ ਕੁੱਕ ਨਹੀਂ ਹੈਗਾ ਯਾਰ, ਨਹੀਂ ਉਰੀ ਰੁਕ ਜਾਂਦੇ, ਕਹਿਣ ਸੀ ਥਾਂ ਵੈਸੇ, ਹੋਰ ਤਾਂ ਕੋਈ ਚੱਕਰ ਨਹੀਂ। ਆਹ ਹਾਈਵੇ ਤੋਂ ਥੋੜ੍ਹਾ ਜਿਹਾ ਦੂਰ ਸੀ, ਹਟ ਕੇ ਸੀ ਸੜਕ 'ਤੇ, ਤਾਂ ਉਰੇ ਸ਼ੋਰ ਸ਼ਰਾਬਾ ਨਹੀਂ ਸੁਣਨਾ ਸੀ ਸਾਨੂੰ, ਤਾਂ ਚੱਕਰ ਆਹ ਸੀ। ਲੋ ਸਿੱਧਾ ਹੀ ਚੜ੍ਹਦੀ ਹੈ ਹਾਈਵੇ 'ਤੇ, ਫਿਰ ਖੋਟਾ ਬਾ ਲੱਭਿਆ, ਕਾਚ ਬੱਸ ਹੈ ਇੱਥੇ, ਮਿਲ ਜਾਵੇ ਕੁਛ ਖਾਣ ਪੀਣ ਨੂੰ। ਜਿਹੜੇ ਚੱਲਦੇ ਆਸਾਮ ਗੁਹਾਟੀ ਨਹੀਂ ਜਾਂਦੇ ਰਹਿਣ ਯਾਰ ਟਰੱਕਾਂ ਵਾਲੇ। ਰੋਟੀ ਤਾਂ ਹੈਗੀ ਹੈ ਬਸ, ਫਿਰ ਠੀਕ ਹੈ, ਹੋਰ ਕੀ ਚਾਹੀਦਾ। ਰੋਟੀ ਰਾਟੀ ਖਾ ਕੇ ਯਾਰ ਕਾਫੀ ਥੱਕ ਗਏ, ਡਿਨਰ ਬਹੁਤ ਅੱਛਾ ਥਾ, ਥੈਂਕ ਯੂ, ਖਾਣਾ ਬਹੁਤ ਅੱਛਾ ਥਾ, ਆਪਕਾ ਢਾਬਾ ਅੱਛਾ ਹੈ। ਆਪਾਂ ਟੈਂਟ ਦੇ ਅੰਦਰ ਆ ਗਏ, ਉਰੇ ਜੋਕਾਂ ਬਹੁਤ ਜ਼ਿਆਦੇ ਨੇ ਯਾਰ ਸਾਰੇ ਨੌਰਥ ਈਸਟ 'ਚ, ਤਾਂ ਬਚ ਕੇ ਰਹਿਣਾ ਪੈਂਦਾ ਹੈ ਨਾ। ਘਾਹ 'ਤੇ ਜਦੋਂ ਅਸੀਂ ਪਹਿਲਾਂ ਟੈਂਟ ਲਾਇਆ ਸੀ ਉੱਥੇ ਵੀ ਬਹੁਤ ਜੋਕਾਂ ਸੀ। ਇਹ ਪਿਆ ਮੇਰਾ ਲੈਪਟੋਪ, ਇਹ ਪਾਵਰ ਬੈਂਕ ਦੇ ਤਾਂ ਚੱਲਦਾ ਨਹੀਂ, ਹੁਣ ਐਡਿਟ ਕਰਨੀ ਹੈ ਵੀਡੀਓ ਤਾਂ ਪਾਵਰ ਚਾਹੀਦੀ ਹੈ। ਇੱਕ ਕਹਿੰਦਾ ਕਿ ਤੂੰ ਐਂ ਹੈ ਨਾ, ਕਪਲ ਨੂੰ ਦੇਖਦੇ ਨੂੰ ਜਾ ਕੇ ਕਹਿ ਦਿੰਦਾ ਵੀ ਇਹ ਜਾ ਰਿਹਾ, ਦੋ ਦੋਵਾਂ ਨੂੰ ਨਹੀਂ ਫਿਰਦਾ ਇੱਦਾਂ ਉੱਦਾਂ, ਅਤੇ ਜੋ ਆਪਣੇ ਦਿਲ 'ਚ ਬੋਲਾਂ 'ਚ ਉਹੀ ਕੈਮਰੇ ਦੇ, ਕੋਈ ਸਕ੍ਰਿਪਟਡ ਤਾਂ ਹੁੰਦਾ ਨਹੀਂ। ਮੈਂ ਤਾਂ ਵੀ ਕਮੈਂਟ ਕਰ ਦਿੰਦਾ ਕਪਲ 'ਤੇ ਕਿ ਉਹ ਕਪਲ ਜਾ ਰਿਹਾ ਹੈ ਨਾ। ਦੇਖੋ ਯਾਰ ਆਪਣੇ ਪਿੰਡਾਂ 'ਚ ਹੁੰਦੇ ਆ ਛੜੇ, ਹੈ ਨਾ, ਕਿਸੇ ਦਾ ਵਿਆਹ ਹੁੰਦਾ ਤਾਂ ਛੜਿਆਂ ਨੂੰ ਫੀਲ ਹੁੰਦੀ ਹੈ ਨਾ। ਹੁਣ ਮੇਰੀ ਅੱਖਾਂ 'ਚ ਉਹ ਕਰੈਕਟਰ ਘੁੰਮਦੇ ਰਹਿੰਦੇ ਆ ਜਦੋਂ ਕੋਈ ਕਪਲ ਜਾਂਦਾ, ਮੈਂ ਉਹ ਚੀਜ਼ ਰੀਪ੍ਰਜੈਂਟ ਕਰਨਾ ਹੀ ਚਾਹੁੰਦਾ ਹੁੰਦਾ ਵੀ ਹੈ ਨਾ, ਜੋ ਵੀ ਛੜਾ ਬੰਦਾ ਹੁੰਦਾ ਪਿੰਡ 'ਚ ਵੀ ਉਹ ਕਿਵੇਂ ਫੀਲ ਕਰਦਾ ਹੈ ਨਾ। ਚਲੋ ਬਾਹਰ ਚੱਲਦੇ ਹਾਂ, ਤਾਂ ਲੈਪਟਾਪ ਚੱਕ ਕੇ ਆਪਾਂ ਬਾਹਰ ਆ ਗਏ। ਢਾਬੇ ਵਾਲਾ ਵਗ ਗਿਆ ਬਈ, ਕਹਿੰਦਾ ਬੰਦ ਕਰਨਾ ਮੈਂ 9 ਵਜੇ, ਤਾਂ ਮੈਂ ਸਾਨੂੰ ਇਲੈਕਟ੍ਰੀਸਿਟੀ ਦੀ ਲੋੜ ਸੀ ਵੀ ਵੀਡੀਓ ਐਡਿਟ ਕਰਨੀ ਹੈ, ਤਾਂ ਉਹ ਤੋਂ ਕਿਹਾ ਵੀ ਤੂੰ ਸਾਡੀ ਐਕਸਟੈਂਸ਼ਨ ਦੀ ਤਾਰ ਪਾ ਦੇ ਅੰਦਰ, ਅਸੀਂ ਬਾਹਰ ਬਹਿ ਕੇ ਐਡਿਟ ਕਰ ਲਾਂਗੇ ਇੰਨੀ ਠੰਡ 'ਚ। ਆਰਾਮ ਸਿੰਘ ਬੈਠੇ ਉਰੇ ਡਾਟਾ ਟ੍ਰਾਂਸਫਰ ਕਰ ਰਿਹਾ, ਡੇਲੀ ਵਲੌਗ ਪਾਓ, ਐਡਿਟ ਕਰੋ, ਟਰੈਵਲ ਕਰੋ। ਅਤੇ ਜਿਹੜੇ ਏਰੀਏ 'ਚ ਅਸੀਂ ਟਰੈਵਲ ਕਰ ਰਹੇ ਹਾਂ ਨਾ, ਸਾਨੂੰ 50 ਲੋਕਾਂ ਨੇ ਕਹਿਤਾ ਉਰੇ ਦੇ ਲੋਕਲ ਆਰਮੀ ਵਾਲੇ ਜਿਹਦੇ ਓਨਰ ਹੈ ਢਾਬੇ ਦਾ, ਐਕਸ ਸਰਵਿਸਮੈਨ ਹੈ, ਵੀ ਇਹ ਏਰੀਆ ਐਵੇਂ ਆ ਉਰੇ, ਜੰਗਲੀ ਲੋਕ ਨੇ, ਥੋੜ੍ਹਾ ਕੇਅਰਫੁਲੀ ਹੈ ਨਾ। ਜਿਹੜੇ ਅਸੀਂ ਦੀਨਾਪੁਰ ਜਾ ਰਹੇ ਹਾਂ ਉੱਥੇ ਤਾਂ ਕੁੱਤੀ ਵੱਢ ਕੇ ਖਵਾ ਦਿੰਦੇ ਆ। ਇਟਸ ਨੋਟ ਈਜ਼ੀ ਜੋਬ ਔਰ ਈਜ਼ੀ ਟਾਸਕ, ਨਾ ਘਰੇ ਬਹਿ ਕੇ ਨਾ ਯਾਰ ਕਮੈਂਟ ਕਰਨੇ ਸੌਖੇ ਆ, ਹੈ ਨਾ, ਬਹੁਤ ਸੌਖੇ। ਤਾਂ ਅਸੀਂ ਉਰੇ ਟਰੈਵਲ ਕਰਨਾ, ਇੰਜੋਏ ਜੋ ਦਿਲ 'ਚ ਹੋਏ ਬੋਲਾਂ ਦੇ, ਜੋ ਸਾਨੂੰ ਦੇਖ ਰਿਹਾ ਅਸੀਂ ਕਰ ਰਹੇ ਹਾਂ ਨਾ। ਹੁਣ ਫੁੱਦੂ ਦਾ ਸਾਨੂੰ ਬਣਾਉਣਾ ਨਹੀਂ ਆਉਂਦਾ ਵੀ ਆਪਦੀਆਂ ਜਨਾਨੀਆਂ ਦਿਖਾ ਕੇ, ਹੈ ਨਾ, ਵਿਊ ਲੈ ਲਓ, ਹੈ ਨਾ। ਉਹ ਜੇ ਤੁਸੀਂ ਉਹ ਵੀ ਬਕਵਾਸ ਦੀਆਂ ਚੀਜ਼ਾਂ ਦੇਖਣੀਆਂ ਨੇ, ਭੋਲੇ ਨੂੰ, ਮੈਸਾਂ ਨੂੰ, ਆਹ ਪਵਾਤਾ, ਹੈ ਨਾ, ਉਹ ਮੈਨੂੰ ਪਤਾ ਸੀ ਉਹਦੇ ਬਹੁਤ ਵਿਊ ਆ ਰਹੇ ਸੀ, ਪਰ ਤੁਹਾਨੂੰ ਵੈਲਿਊਏਬਲ ਕੰਟੈਂਟ ਪਸੰਦ ਹੀ ਨਹੀਂ ਯਾਰ, ਉਹ ਸੋਚੀ ਵਾਲੀ, ਹੈ ਨਾ, ਸੋਚੀ ਮਾੜੀ। ਉਹਦਾ ਖਾਣਾ ਆਪਣੇ ਲੋਕ ਨੇ ਨਾ ਜਿਹੜੇ ਸਿੱਧੀ ਜੀ ਗੱਲਾਂ ਤੀਵੀਆਂ ਦੇਖਣਾ ਪਸੰਦ ਕਰਦੇ ਨੇ, ਨਾ ਕਿ ਕੋਈ ਚੰਗੀਆਂ ਚੀਜ਼ਾਂ ਦੇਖਣਾ ਪਸੰਦ ਕਰਦੇ। ਤੇ ਪਰਿਵਾਰਾਂ ਨੂੰ ਵੀ ਉਹ ਚੀਜ਼ਾਂ ਵਧੀਆ ਲੱਗਦੀਆਂ ਨੇ ਕਿ ਬਸ ਕੋਈ ਤੁਹਾਡੀ ਜ਼ਿੰਦਗੀ 'ਚ ਵੈਲਿਊ ਤਾਂ ਐਡ ਨਹੀਂ ਹੁੰਦੀ, ਬਾਕੀ ਨਾ ਯਾਰ ਕਮੀਆਂ ਕੱਢਣ ਤੋਂ ਪਹਿਲਾਂ ਆਪਦੇ ਪੀਰੀਅਡਾਂ ਵੀ ਸੋਟਾਂ ਮਾਰ ਲਿਆ ਕਰੋ। ਅਸੀਂ ਜ਼ਿੰਦਗੀ ਦਾ ਆਨੰਦ ਲੈਣਾ ਹੈ, ਜੇ ਅਸੀਂ ਇੰਜੋਏ ਕਰਾਂਗੇ ਤਾਂ ਹੀ ਤੁਸੀਂ ਇੰਜੋਏ ਕਰੋਗੇ, ਹੈ ਨਾ, ਤੁਸੀਂ ਉਹ ਚੀਜ਼ ਨੂੰ ਫੀਲ ਕਰ ਸਕੋਗੇ। ਦੇਖੋ ਅਸੀਂ ਹਾਂ ਜੰਗ ਏਜ 'ਚ, ਹੈ ਨਾ, ਤਾਂ ਜਿਵੇਂ ਦੋਸਤ ਹੁੰਦੇ ਆ ਸਾਡਾ, ਉਹ ਹੀ ਆ ਹੱਸਣਾ ਖੇਡਾਂ, ਹੱਸੀਆਂ ਖੇਡੀਆਂ ਨੇ, ਨਾ ਕਿ ਅਸੀਂ ਕਿਸੇ ਨੂੰ ਉਹ ਮਾੜਾ ਕਹਿੰਦੇ, ਹੈ ਨਾ। ਤਾਂ ਇਹ ਚੀਜ਼ ਮੈਂ ਦਿਖਾਈ ਨਹੀਂ ਕਦੇ, ਅੱਜ ਤੁਹਾਨੂੰ ਦਿਖਾ ਰਿਹਾ, ਠੀਕ ਹੈ। ਨਹੀਂ ਮੈਂ ਕੰਫਰਟ ਜ਼ੋਨ 'ਚ ਵੀ ਟਰੈਵਲ ਕਰ ਸਕਦਾ, ਸਿਰਫ ਐਡਵੈਂਚਰ ਵਾਸਤੇ ਕਰ ਰਿਹਾ ਕਿ ਤੁਹਾਨੂੰ ਵੀ ਸਵਾਦ ਆਵੇ। ਮਨ ਖਰਾਬ ਹੁੰਦਾ ਜੇ ਤੁਸੀਂ ਕਿਸੇ ਦੀ ਹੈਲਪ ਨਹੀਂ ਕਰ ਸਕਦੇ ਨਾ, ਨਾਲੇ ਰਹੀ ਪੰਜਾਬੀ 'ਚ, ਜੇ ਤੁਹਾਨੂੰ ਲੱਗਦਾ ਵੀ ਪੈਸੇ ਪੂਸੇ ਕਰਕੇ ਕਰ ਰਹੇ ਹਾਂ। ਮੈਂ ਵੀਡੀਓ ਬਣਾਈ ਪਈ ਅਰਨਿੰਗ ਉਰਨਿੰਗ ਵਾਲੀ, 2-3 ਮਹੀਨੇ ਹੋ ਗਏ, ਉਹ ਮੈਂ ਪਾ ਦੇਣੀ ਹੈ ਰੀਅਲ 'ਚ। ਉਹ 'ਚ ਵੀ ਮੈਂ ਫੁੱਦੂ ਨਹੀਂ ਬਣਾਇਆ ਵੀ ਮੇਰੀ ਇੰਨੀ ਹੈ, ਲੱਖ ਹੈ, ਹੈ ਨਾ, ਐਨਾਲਿਟਿਕਸ ਹੀ ਦਿਖਾਏ ਹੋਏ ਨੇ ਸਾਰੇ, ਤਾਂ ਦਿਲ 'ਤੇ ਲੱਗਦੀਆਂ ਨੇ ਆਪਣੇ ਗੱਲਾਂ, ਟੂ ਵੀ ਫਰੈਂਕ, ਹੈ ਨਾ, ਜੋ ਦਿਲ 'ਚ ਹੋਈ ਬੋਲਾਂ ਤਾਂ ਸਕ੍ਰਿਪਟਡ ਕੁਛ ਨਹੀਂ। ਤਾਂ ਹਿੰਦੀ 'ਚ ਮੈਨੂੰ ਪਤਾ ਬਹੁਤ ਪੈਸੇ ਬਣਦੇ ਆ, ਤਾਂ ਹੀ ਮੈਂ ਕਹਿੰਦਾ ਨਾ ਵੀ ਹਿੰਦੀ 'ਚ ਸਟਾਰਟ ਕਰੋ। ਤੁਸੀਂ ਆਪਦੀ
ਬੋਲੀ ਦੇ ਕਰੈਕਟਰ ਨੂੰ ਸਪੋਰਟ ਤਾਂ ਕੀ ਕਰਨੀ ਸੀ, ਉਹ ਵੀ ਬਸ ਲੱਤਾਂ ਹੀ ਖਿੱਚਣੀਆਂ ਨੇ, ਕਿਉਂ ਰਾਮ? ਸਹੀ ਗੱਲ ਹੈ ਯਾਰ, ਇਸੇ ਕਰਕੇ ਨਾ ਮੈਨੂੰ ਸਲਾਹ ਦਿੱਤੀ ਹੈ, ਮੈਂ ਬੰਦੇ ਨੂੰ ਸਲਾਹ ਦਿੱਤੀ ਵੀ ਤੂੰ ਹਿੰਦੀ ਚ ਕਰ ਮੇਰੇ, ਤੁਸੀਂ ਜੇ ਹੁਣ ਵਲੌਗ ਦੇਖੋਗੇ ਇਸ ਤੋਂ ਬਾਅਦ ਚੋਂ ਮੇਰਾ ਕੋਈ ਵਲੌਗ ਪੰਜਾਬੀ ਚ ਨਹੀਂ, ਸਾਰੇ ਮੈਂ ਹਿੰਦੀ ਚ ਸ਼ੁਰੂ ਕਰਤੇ ਆ। ਅੱਜ ਦਾ ਵਲੌਗ ਇੰਨਾ ਸੀ, ਜੇ ਵਧੀਆ ਲੱਗਿਆ ਲਾਈਕ ਕਰੀਓ, ਸ਼ੇਅਰ ਕਰੀਓ, ਜੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰੀ।